ਬੇਰੁਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਦੇ ਲਈ ਇੱਕ ਭਰਤੀ ਹੋਣ ਦਾ ਮੌਕਾ ਸਾਹਮਣੇ ਆਇਆ ਹੈ ਇਹ ਮੌਕਾ ਕੀ ਹੈ ਜਿਨ੍ਹਾਂ ਦਾ ਖਾਸ ਕਰਕੇ ਪੁਲਿਸ ਵਿਭਾਗ ਦੇ ਵਿੱਚ ਭਰਤੀ ਹੋਣ ਦਾ ਦੀ ਦਿਲਚਸਪੀ ਹੈ ਜਾਂ ਫਿਰ ਉਹ ਲੱਭ ਰਹੇ ਨੇ ਕਿ ਇਸ ਵਿਭਾਗ ਦੇ ਵਿੱਚ ਉਹਨਾਂ ਨੂੰ ਕੋਈ ਨੌਕਰੀ ਮਿਲੇ ਤਾਂ ਉਹਨਾਂ ਲਈ ਇੱਕ ਖੁਸ਼ਖਬਰੀ ਇਹ ਹੈ ਕਿ 44 ASI ਦੀ ਭਰਤੀ ਚੰਡੀਗੜ੍ਹ ਪੁਲਿਸ ਨੇ ਕੱਢੀ ਹੈ ਜਿਸ ਦੇ ਵਿੱਚ ਉਹ ਅਪਲਾਈ ਕਰ ਸਕਦੇ ਨੇ ਔਰ ASI ਭਰਤੀ ਹੋਣ ਦੇ ਲਈ ਸ਼ਰਤਾਂ ਕੀ ਰੱਖੀਆਂ ਗਈਆਂ ਨੇ ਔਰ ਕਦੋਂ ਤਾਕੋ ਆਪਣੀਆਂ ਆਨਲਾਈਨ ਅਰਜ਼ੀਆਂ ਵੀ ਦੇ ਸਕਦੇ ਨੇ ਆਰ ਉਸ ਮੈਕਮੇ ਦੇ ਵਿੱਚ ਆਪਣੀ ਅਰਜੀ ਸਬਮਿਟ ਕਰਵਾਉਣ ਤੋਂ ਬਾਅਦ ਕਦੋਂ ਲਿਖਤੀ ਰੂਪ ਦੇ ਵਿੱਚ ਇੱਕ ਟੈਸਟ ਰੱਖਿਆ ਗਿਆ ਉਹ ਕਦੋਂ ਹੋਵੇਗਾ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ ਅੱਜ ਦਰਅਸਲ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਇੱਕ ਇਸ਼ਤਿਹਾਰ ਕੱਢਿਆ ਗਿਆ ਜਿਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ 44 ਪੋਸਟਾਂ ਨੇ ਜਿਹੜੀਆਂ ਉਹ ਅਸਿਸਟੈਂਟ ਸਬ ਇੰਸਪੈਕਟਰ ਦੀਆਂ ਕੱਢੀਆਂ ਗਈਆਂ ਨੇ ਗਰੁੱਪ ਸੀ ਦੇ ਥਰੂ ਡਾਇਰੈਕਟ ਰਿਕਰੂਟਮੈਂਟ ਹੈ ਜਿਹੜੀ ਉਹ ਕੀਤੀ ਜਾਵੇਗੀ ਜਿਸ ਦੇ ਵਿੱਚ ਤਨਖਾਹ ਦਾ ਵੇਰਵਾ ਵੀ ਦਿੱਤਾ ਗਿਆ ਹੈ ਬੇਸਿਕ ਪੇ ਆ ਜਿਹੜੀ ਸੈਲਰੀ ਆ 29200 ਤੋਂ ਲੈ ਕੇ ਜਿਹੜੀ ਸ਼ੁਰੂਆਤ ਹੋਵੇਗੀ ਔਰ 92300 ਰੁਪਏ ਤੱਕ ਦੀ ਜਿਹੜੀ ਤਨਖਾਹ ਐਸਆਈ ਦੀ ਹੋਵੇਗੀ 29200 ਬੇਸਿਕ ਸੈਲਰੀ ਹੈ ਔਰ 92300 ਰੁਪਏ ਤੱਕ ਰਿਵਾਈਜ਼ ਕਰਦੇ ਕਰਦੀਆਂ ਪਹੁੰਚ ਸਕਦੀ ਹੈ ਸੱਤਵੇਂ ਪੇ ਕਮਿਸ਼ਨ ਦੇ ਹਿਸਾਬ ਦੇ ਨਾਲ ਤਾ ਡਿਪਾਰਟਮੈਂਟ ਦੇ ਵਿੱਚ ਇਹ ਜਿਹੜੀ ਭਰਤੀ ਕੱਢੀ ਗਈ ਇਸ ਦੇ ਲਈ ਇਸ਼ਤਿਹਾਰ ਜਿਹੜਾ ਦਿੱਤਾ ਗਿਆ ਉਹ 15 ਜੂਨ ਨੂੰ ਦਿੱਤਾ ਗਿਆ ਯਾਨੀ ਕਿ ਅੱਜ ਤੋਂ ਇਸ਼ਤਿਹਾਰ ਕੱਢ ਦਿੱਤਾ ਗਿਆ ਤੇ ਇਸ ਦੇ ਵਿੱਚ ਜਿਹੜੇ ਅਪਲਾਈ ਕਰਨ ਵਾਲੇ ਕੈਂਡੀਡੇਟ ਨੇ ਉਮੀਦਵਾਰ ਨੇ ਉਹ 21 6 ਤੋਂ ਯਾਨੀ ਕਿ 21 ਜੂਨ ਤੋਂ ਸ਼ੁਰੂਆਤ ਹੋ ਜਾਵੇਗੀ ਤੁਸੀਂ ਵੈਬ ਪੋਰਟਲ ਤੇ ਜਾ ਕੇ ਆਨਲਾਈਨ ਅਪਲਾਈ ਵੀ ਕਰ ਸਕਦੇ ਹੋ ਔਰ ਜਿਹੜੀ ਇਹ ਐਪਲੀਕੇਸ਼ਨ ਲੈਣ ਦੀ ਮਿਤੀ ਹੈ ਉਹ 15 ਜੁਲਾਈ ਤੱਕ ਜਾਰੀ ਰਹੇਗੀ 21 ਜੂਨ ਤੋਂ ਸ਼ੁਰੂਆਤ ਹੋ ਜਾਵੇਗੀ ਆਨਲਾਈਨ ਅਰਜ਼ੀਆਂ ਤੁਸੀਂ ਦੇ ਸਕਦੇ ਹੋ ਅਪਲਾਈ ਕਰਨ ਦੇ ਲਈ ਆਰ 15 ਜੁਲਾਈ ਤੱਕ ਇਹ ਸਿਲਸਲਾ ਜਾਰੀ ਰਹੇਗਾ ਤੇ ਜਦੋਂ ਤੱਕ ਅਪਲਾਈ ਹੋ ਜਾਣਗੇ ਕੈਂਡੀਡੇਟ ਜਿੰਨੀ ਵੀ ਗਿਣਤੀ ਦੇ ਵਿੱਚ ਅਪਲਾਈ ਕਰਨ ਵਾਲੇ ਨੌਜਵਾਨ ਹੋਣਗੇ ਉਸ ਦੇ ਵਿੱਚ ਫਿਰ 20 ਤਰੀਕ ਨੂੰ ਯਾਨੀ ਕਿ ਅਗਸਤ ਮਹੀਨੇ ਦੀ 20 ਤਰੀਕ ਨੂੰ ਲਿਖਤ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਜਿਹੜਾ ਇੱਕ ਟੈਸਟ ਪ੍ਰਕਿਰਿਆ ਦੇ ਵਿੱਚ ਉਲੰਘਣਾ ਹੁੰਦਾ ਹੈ ਗੁਜ਼ਰਨਾ ਹੁੰਦਾ ਹੈ ਲਿਖਤੀ ਰੂਪ ਦਾ ਜਿਹੜਾ ਐਗਜ਼ਾਮ ਹੈ ਪ੍ਰੀਖਿਆ ਹੈ ਉਹ 20 ਅਗਸਤ ਨੂੰ ਹੋਵੇਗੀ ਹੁਣ ਵੇਰਵੇ ਨਾਲ ਦੱਸ ਦਿੰਦੇ ਆ ਕਿ ਕਿਹੜੇ ਕਿਹੜੇ ਕੋਟੇ ਦੇ ਵਿੱਚ ਕਿੰਨੀਆਂ ਪੋਸਟਾਂ ਨੇ ਜੇਕਰ ਜਨਰਲ ਕੈਟਾਗਰੀ ਦੀ ਗੱਲ ਕੀਤੀ ਜਾਵੇ ਉਸ ਦੇ ਵਿੱਚ 11 ਮੇਲ ਭਰਤੀ ਕੀਤੇ ਜਾਣੇ ਨੇ 9 ਫੀਮੇਲ ਦੇ ਲਈ ਇਹ ਪੋਸਟਾਂ ਰੱਖੀਆਂ ਰੱਖੀਆਂ ਗਈਆਂ ਨੇ ਜਿਸ ਦੇ ਵਿੱਚ ESM 3 ਉਹ ਨੇ ਯਾਨੀ ਕਿ 23 ਟੋਟਲ ਨੇ ਜਿਹੜੀਆਂ ਪੋਸਟਾਂ ਉਹ ਜਨਰਲ ਕੈਟਾਗਰੀ ਦੇ ਵਿੱਚ ਰੱਖੀਆਂ ਗਈਆਂ ਨੇ ਇਸੇ ਤਰ੍ਹਾਂ OBC ਦੇ ਵਿੱਚ 4 ਮੇਲ ਤੇ 4 ਹੀ ਫੀਮੇਲ ਤੇ ਇੱਕ ESM ਇੱਕ ਯਾਨੀ ਕਿ ਨੌ ਨੇ ਜਿਹੜੀਆਂ ਟੋਟਲ OBC ਦੇ ਵਿੱਚ ਇਹ ਪੋਸਟਾਂ ASI ਦੀਆਂ ਕੱਢੀਆਂ ਗਈਆਂ ਨੇ SC ਕੈਟਾਗਰੀ ਦੀ ਗੱਲ ਕਰੀਏ ਤਾਂ ਪੰਜ ਮੇਲ ਰੱਖੇ ਜਾਣੇ ਨੇ ਦੋ ਫੀਮੇਲ ਇੱਕ ESM ਤਾਂ ਇਸ ਹਿਸਾਬ ਦੇ ਨਾਲ ਅੱਠ ਜਿਹੜੀਆਂ ਕੁੱਲ ਪੋਸਟਾਂ ਹੋ ਗਈਆਂ SC ਕੈਟਾਗਰੀ ਦੇ ਵਿੱਚ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਲਈ ਵੀ ਖਾਸ ਥਾਂ ਦਿੱਤੀ ਗਈ ਹੈ ਤਿੰਨ ਮੇਲ ਇੱਕ ਫੀਮੇਲ ਇਸੇ ਤਰੀਕੇ ਦੇ ਨਾਲ ਚਾਰ ਨੇ ਜਿਹੜੀਆਂ ਪੋਸਟਾਂ ਇਕਨੋਮਿਕਲ ਵੀਕਰ ਸੈਕਸ਼ਨ ਦੇ ਲਈ ASI ਦੀ ਭਰਤੀ ਲਈ ਰੱਖੀਆਂ ਗਈਆਂ ਨੇ ਮਿਨਿਮਮ ਜਿਹੜੀ ਐਜੂਕੇਸ਼ਨ ਕੁਆਲਿਫਿਕੇਸ਼ਨ ਹੈ ਉਹ ਗ੍ਰੈਜੂਏਸ਼ਨ ਹੈ ਜਿਹੜੀ ਉਹ ਗ੍ਰੈਜੂਏਸ਼ਨ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ ਗ੍ਰੈਜੂਏਸ਼ਨ ਕਿਸੇ ਵੀ ਸਬਜੈਕਟ ਦੇ ਵਿੱਚ ਹੈ ਜਿਹੜੀ ਹੋਵੇ ਪਰ ਮਾਨਤਾ ਜਿਹੜੀ ਯੂਨੀਵਰਸਿਟੀ ਦੀ ਜਿਹੜੀ ਵੈਲਿਡ ਯੂਨੀਵਰਸਿਟੀ ਹੈ ਉਸ ਤੋਂ ਡਿਗਰੀ ਹਾਸਲ ਕੀਤੀ ਹੋਣੀ ਚਾਹੀਦੀ ਹੈ ਕਿਸੇ ਵੀ ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਜਾਂ ਇਸ ਦੇ ਬਰਾਬਰ ਦਾ ਗ੍ਰੈਜੂਏਸ਼ਨ ਦਾ ਕੋਰਸ ਜਿਹੜਾ ਉਸਨੇ ਕੀਤਾ ਹੋਵੇ ਤੇ ਇਸ ਦੇ ਲਈ ਜਿਹੜੀ ਰਿਕਰੂਟਮੈਂਟ ਆ ਹੋ ਰਹੀ ਹੈ ਤਾਂ ਇਸ ਦੇ ਲਈ ਬਕਾਇਦਾ ਚੰਡੀਗੜ੍ਹ ਪੁਲਿਸ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਵੈਬਸਾਈਟ ਦੇ ਬਾਰੇ ਜਿਹੜੀ ਆਫੀਸ਼ੀਅਲ ਵੈਬਸਾਈਟ ਹੈ ਉਸ ਦੇ ਬਾਰੇ ਵੀਰਵਾ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਜਦੋਂ ਤੁਸੀਂ ਜਾ ਕੇ Google ਦੇ ਉੱਤੇ ਆਨਲਾਈਨ ਜਾ ਕੇ ਅਪਲਾਈ ਕਰੋਗੇ ਚੰਡੀਗੜ੍ਹ police.gov.in ਯਾਨੀ ਕਿ ਚੰਡੀਗੜ੍ਹ police.government.in ਤੇ ਜਾ ਕੇ ਤੁਸੀਂ ਐਪਲੀਕੇਸ਼ਨਾਂ ਜਿਹੜੀਆਂ ਭਰਤੀ ਦੀਆਂ ਅਪਲਾਈ ਕਰ ਸਕਦੇ ਹੋ ਪਰ 21 ਜੂਨ ਤੋਂ ਸ਼ੁਰੂਆਤ ਹੋ ਰਹੀ ਹੈ 21 ਜੂਨ ਤੋਂ ਲੈ ਕੇ 15 ਜੁਲਾਈ ਤੱਕ ਤੁਸੀਂ ਆਨਲਾਈਨ ਅਰਜ਼ੀਆਂ ਦੇ ਸਕਦੇ ਹੋ 20 ਅਗਸਤ ਨੂੰ ਇਸ ਦਾ ਲਿਖਤੀ ਰੂਪ ਦੇ ਵਿੱਚ ਜਿਹੜੀ ਪ੍ਰੀਖਿਆ ਹੋਵੇਗੀ ਪ੍ਰੀਖਿਆ ਪਾਸ ਕਰਨ ਵਾਲੇ ਹੀ ਇਸ ਭਰਤੀ ਦੇ ਵਿੱਚ ਅੱਗੇ ਦਾ ਜਿਹੜਾ ਵੇਰਵਾ ਪੂਰਾ ਕਰਨਗੇ ਆਪਣੇ ਕਾਗਜ਼ ਪੱਤਰ ਪੂਰੇ ਕਰਨਗੇ ਤਾਂ ਡਾਇਰੈਕਟ ਭਰਤੀ ਜਿਹੜੀ ASI ਦੀ ਅਸਿਸਟੈਂਟ ਇੰਸਪੈਕਟਰ ਦੀ ਜਿਹੜੀ ਚੰਡੀਗੜ੍ਹ ਪੁਲਿਸ ਨੇ ਕੱਢੀ ਹੈ ਜਿਸ ਦੇ ਵਿੱਚ ਤਕਰੀਬਨ 44 ਪੋਸਟਾਂ ਨੇ ਇਸ ਹਿਸਾਬ ਦੇ ਨਾਲ ਤੁਸੀਂ ASI ਭਰਤੀ ਹੋ ਸਕਦੇ ਹੋ ਚੰਡੀਗੜ੍ਹ ਪੁਲਿਸ ਦੇ ਵਿੱਚ ਇਸ ਦੀ ਸਾਰੀ ਪ੍ਰਕਿਰਿਆ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਗਈ ਹੈ ਜਿਹੜੀ ਜਾਣਕਾਰੀ ਪੁਲਿਸ ਨੇ ਇਸ਼ਤਿਹਾਰ ਦੇ ਵਿੱਚ ਸਾਂਝੀ ਕੀਤੀ ਹੈ